असलम सबको मेरा सलाम थे गया दा सलाम थे गया मैं सवेरे वीडियो पीती पी हाँ अपने की प्रोडक्ट से तो दा रिजल्ट बहुत अच्छा है बहुत अच्छा है इन मैं इन बारे वीडियो भी बने आई दी सब प्रोडक्ट्स उत्तर सब होंगे तो सबको पहले मैं जेडे मेरा मॉडल है उन्होंने आखाई जेडे साब को प्रोडक्ट डिवन आए उन्होंने आखाई कि भाई तल फेस वाले या नौते को होंगे होते ਉਹ ਅੱਛਾ ਰਿਜ਼ਲਟ ਤਾਂ ਕੁ ਨਜ਼ਰ ਆ ਸੀ ਰੀਅਲ ਰਿਜ਼ਲਟ ਜਿਹੜਾ ਉਸੀ ਨਾ ਉਹਦੇ ਉੱਤੇ ਨਜ਼ਰ ਆ ਸੀ ਤੇ ਮੈਂ ਜੀ 5n ਮੰਨ ਦਾ ਮ사ਜ ਕੀਤਾ ਆਪਣੇ ਮਾਡਲ ਉੱਤੇ ਉਹਨਾਂ ਦਾ ਨੋਰਮਲ ਫੇਸ ਹੈ ਮਤਲਬ ਸਕਿਨ ਉਹਨਾਂ ਦੀ ਜ਼ਿਆਦਾ ਨਾ ਬਹੁਤ ਜ਼ਿਆਦਾ ਕਾਲੀ ਹੈ ਨਾ ਜ਼ਿਆਦਾ ਚਿੱਟੀ ਸਹੀ ਹੈ ਤੇ ਮੈਂ ਉਹਨਾਂ ਨੂੰ ਮ사ਜ ਕੀਤੇ ਬਹੁ ਅੱਛੇ ਤਰੀਕੇ ਨਾਲ तकरीबन 5 ਡਾਮਿੰਟ لازਮੀ ਜਿੰਨੇ ਵੀ ਪ੍ਰੋਡਕਟਸ ਹਨ ਨਾ ਤੇ ਉਹਨ ਦੇ ਉਤੇ ਨਾ ਤੁਸੀਂ ਇਹ ਕੋਸ਼ਿਸ਼ ਕੀਤੇ ਕਰੋ 5 ਡਾਮਿੰਟ لازਮੀ ਮ사ਜ ਕੀਤੀ ਕਰੋ ਹਲਕੇ ਹੱਥ ਨਾਲ ਤੇਜ਼ ਹੱਤ ਨਾਲ ਨਾ ਕਿਉਂਕਿ ਅੱਜ ਜਿਹੜਾ ਇਹ ਚਟਾ ਥੀ ਮਰਦਾ ਆਇਆ ਵਦੇ ਨਾ ਕ੍ਰੇਜ਼ ਸਭ ਨੂੰ ਆ ਗਲਕੀਆਂ ਹੈ ਬੁੱਢੀਆਂ ਕੋਈ ਵੀ ਹੈ ਨਾ ਉਹਨਾਂ ਕੋ ਇਤਨਾ ਅੱਜਕਲ ਸ਼ੌਕ ਚੜਾ ਵਦੇ ਕਿ ਲੋਗ ਆਦੇ ਕੁਝ ਥੀ ਬਨੇ ਅਸਾ ਚਟੇ ਥੀ ਮਨੂੰ ਤੇ ਦੁੱਧ ਆਕਰ ਜੁਟੇ ਥੇ ਮਨੂੰ ਤੇ ਅੱਜ ਕੱਲੇ ਪ੍ਰੋਡਕਟਸ ਵੀ ਬਹੁਵੇਂ ਆ ਗਏ ਬਹੁ ਹਾਸ਼ ਕਿਸਮ ਦੇ ਲੇਕਿਨ ਜਿਹੜੇ ਆਦਿ ਨਾ ਮਹਿੰਗਾ ਰੋਵੇ ਇੱਕ ਵਾਰ ਤੇ ਸਸਤਾ ਰੋਵੇ ਬਾਰ ਬਾਰ ਉਹ ਮਿਸਾਲ ਆਵੰਦੀ ਹੈ ਤੇ ਇਹ ਪ੍ਰੋਡਕਟਸ ਇਨ ਟੀਕੇ ਬਹੁਤ ਜ਼ਿਆਦਾ ਮਹਿੰਗੇ ਕੈਨੀ ਨਾ ਬਹੁਤ ਜ਼ਿਆਦਾ ਸਸਤੇ ਲੇਕਿਨ ਅਚੀ ਬਾਰੂ ਦੀ ਪ੍ਰੋਡਕਟਸ ਇਨ ਤੇ ਇਨਾਂ ਨੂੰ ਇਸਤੇਮਾਲ ਕਰਨ ਨਾਲ ਇੱਕ ਕੈਨੀ ਕਿਸਾ ਖਤਸ਼ਾ ਹੁੰਦੇ ਅਸਾ ਪੋਲਰ ਵਾਲੇ ਖਾਸ ਤੌਰ ਤੇ ਅਸਾ ਇਨ ਇਹ ਸਮੇਂ ਪ੍ਰੋਡਕਟਸ ਨਾ ਆਖੀ ਬੰਦ ਕਰਤੇ ਕਿਨ ਗਿੰਦੇ ਸੇ ਇੰਦਾ ਕੋਈ ਸਾਈਡ ਇਫੈਕਟ ਨਹੀਂ ਹੁੰਦਾ ਕਿ ਚਿਹਰੇ ਉਤੇ ਅਗਲੇ ਕੋ ਖਾਰੇ ਸ਼ੁਰੂ ਥੀ ਮਨੇ ਜਾਂ ਕੋਈ ਮਸਲਾ ਥੀ ਮਨੇ ਜਾਂ ਅਸਾਂ ਅਚਾਨਕ ਕੋਈ ਮਤਲਬ ਸਾਰਾ ਇਹੋ ਸਮਾਂ ਨਵਾਂ ਕਸਟਮਰ ਆ ਗਏ ਕਿ ਭਈ ਉਹ ਕੋ ਸਾਖੂ ਯਕੀਨ ਦੀ ਮਤਲਬ ਇੱਕ ਨਵੇਂ ਕਸਟਮਰ ਕੋ ਤੱਕ ਪਤਾ ਹੈ ਮਤਮੈਨ ਕਰਨ ਬਈ ਗਾਲੋਂ ਦੀ ਤੇ ਇਹ ਇਹੋ ਸਮੇ ਜਿਵੇਂ ਬ੍ਰਾਂਡ ਵਾਲੇ ਆਦਿ ਨਾ ਇਹ ਬ੍ਰਾਂਡ ਵਾਲੇ ਡੇ ਪ੍ਰੋਡਕਟਸ ਹੁੰਦੇ ਨਾ ਸਮਾਨ ਹੁੰਦੇ ਇੰਨਾ ਸਾਕੋ ਇਹ ਕਿਆ ਨਹੀਂ ਹੁੰਦਾ ਅਸਾਂ ਮਤਲਬ ਲਾਝਜਕ ਅਸਾਂ ਉਹ ਚੀਜ਼ ਕਰ ਲੈਂਦੇ ਸੀ ਅਗਲੇ ਕੋ ਫੇਸ਼ਲ ਹੋਵੇ ਸਕਿਨ ਪਾਲਿਸ਼ ਹੋਵੇ ਜਾਂ ਕੋਈ ਮੇਕਅਪ ਦਾ ਸਮਾਨ ਹੋ ਕੋ ਜੋਵੇ ਅਸਾਂ ਕਰ ਲੈਂਦੇ ਸੀ ਇਹ ਤਾਂ ਕੋ ਫਾਈਨਲ ਰਿਜ਼ਲਟ ਕੋ ਮੈਂ ਪੰਡਾ ਮਿੰਟ ਤਕਰੀਬਨ 7-8 ਮਿੰਟ ਦੀ ਕੋ ਮ사ਜ ਕੀਤੀ ਹੈ ਅੱਛੀ ਵਾਲੀ ਮ사ਜ ਹਲਕੇ ਹੱਥ ਨਾਲ ਮੈਂ ਕੋ ਨਜ਼ਲਾ دیا ਬੈਠੇ ਤੇ ਉਹਦੀ وجہ ਕਰਕੇ ਥੋੜਾ ਜਿਹਾ ਮੇਰੀ ਆਵਾਜ਼ ਹੁੰਦੀ ਨਹੀਂ ਭਈ ਤੇ ਉਹਦੇ ਬਾਅਦ ਜੀ ਮੈਂ ਉਹ ਕੋ ਸਪੰਝ ਨਾਲ ਸਾਫ਼ ਕੀਤੇ ਸਾਫ਼ ਕਰਨ ਦੇ ਬਾਅਦ ਮੈਂ ਉਹਨਾਂ ਦੇ ਹੀ スキン पॉलिशी ट्वेंटी वॉल्यूम ते पाउडर ओ में गिदे ते अपना बाकी जड़ा एक्स्ट्रा सामान होंदे जड़ा हर पॉलर यूज़ सिंदे तुसा तो ओ पॉस सो थिंग लोशन थी गिया शाइनर थी गिया सीरम कोई अच्छा जिया पाग नो या विटामिन ई दे कोई कैप्सूल तौरे को लें कोई अच्छे जैन जिन्ना तो अच्छा को लगे कि रिजल्ट बहुत अच्छा दे स्किन को डैमेज नहीं करे स्किन नोटे शाइन आवे दी ओ शामिल करो अपने फेस दे अकॉर्डिंग मतलब थारे चेहराए दू बंदिया दा करने या एक ਕਰਨੇ ਜਾਂ ਫੁੱਲ neck ਕਰਨੀ ਹੈ ਜਾਂ ਹੱਤਾਉ ਤੇ ਕਰਨੇ ਤਾਂ ਹੁੰਦੇ ਹਿਸਾਬ ਨਾਲ ਤੁਸੀਂ ਵੋਲੀਅਮ ਕਡੋ ਪਾਊਡਰ ਪਾਓ ਹੁੰਦੇ ਹਿਸਾਬ ਨਾਲ ਲੇਕਿਨ ਅਗਰ ਤੁਸੀਂ ਫਸਟ ਟਾਈਮ ਕਰ ਰਹੇ ਹੋ ਨਿਊ ਕਮ ਰਹੇ ਹੋ ਮਤਲਬ ਨਵੇਂ ਸਿੱਖਣ ਵਾਲੇ ਵੇ ਤਾਂ ਹਮੇਸ਼ਾ ਥੋੜੀ ਕਲੋਂ ਜ਼ਿਆਦਾ ਜ਼ਿਆਦਾ ਪਾਓ ਜਿਵੇਂ ਇੱਕ ਆਦਿ ਨਾ ਕਪੜਾ ਸਿਵਣ ਲਗੋ ਤੇ ਜ਼ਿਆਦਾ ਕੱਟ ਲੂ ਉਹ ਦੁਬਾਰਾ ਖੁੱਲਾ ਨਹੀਂ ਥੀ ਸਕਦਾ ਉਤਾਂਗ ਥੀਂਦੇ ਇੰ ਤਰ੍ਹਾਂ ਆਪਾਂ ਜਿਸਮ ਸਮਾਨ ਕੋ ਵੀ ਅਸਰ ਅਸਰ ਕੋਈ ਚੀਜ਼ ਬੜੇਂਦੇ ਵੇਸੇ ਨਾ ਤਾਂ ਥੋੜੀ ਚੀਜ਼ ਪਾਓ ਥੋੜਾ ਪਾਓ ਦੇਖੋ ਕਿ ਉਹਦਾ ਰਿਜ਼ਲਟ ਕੀ ਆਂਦੇ ਵੇ भी आप पा सकते सारे को सामान पे थी तो तरह ही इं थोड़ा थोड़ा पाते ना थोड़े पाउडर वॉल्यूम सुथिंग जो सारा सामान पाते अच्छी तरह मिक्स करने इतनी अच्छी ब्लडिंग करनी है इतना अच्छा मिक्स करने कि इंटे बड़े छोटे छोटे दाने उन्हें वह खत्म थी और बाद फेस उ अप्लाई कर दो ਹੱਥਾਂ ਤੇ ਲਾਉਣੇ ਪਹਿਲੇ ਹੱਥਾਂ ਉਤੇ ਲਾਗੇਦਾ ਕਿਉਂਕਿ ਹੱਥ ਜ਼ਰਾ ਹੱਤਾਂ ਦੀ ਜਿਹੜੀ ਜਲਦ ਹੁੰਦੀ ਹੈ ਉਹ ਸਖਤ ਹੁੰਦੀ ਹੈ ਤੇ ਮੈਂ ਇਹਦੇ ਵਿੱਚ ਚਿਹਰੇ ਉਤੇ ਪਹਿਲੇ ਲਾਗੇਦਾ ਹੂੰ ਬਸ ਮਾਜ਼ਰਤ ਤੇ ਜਿਹੜਾ ਹੈ ਨਾ ਪਹਿਲੇ ਉਂਏ ਕੋਸ਼ਿਸ਼ ਕੀਤੀ neck ਤੇ ਬਾਜ਼ੂ ਜਿਹੜੇ ਹੱਤ ਇਹਨਾਂ ਉਤੇ ਪਹਿਲੇ ਲਾਗੇਦਾ ਕਿਉਂਕਿ ਇਹਨਾਂ ਉਤੇ ਥੋੜਾ ਜ਼ਿਆਦਾ ਟਾਈਮ ਵੀ ਆਵੇ ਸੀ ਨਾ ਤਾਂ ਕੋਈ ਮਸਲਾ ਨਹੀਂ ਇਹ ਜ਼ਿਆਦਾ ਹੋ ਨਹੀਂ ਥਿੰਦੇ ਖਰਾਬ ਨਹੀਂ ਥਿੰਦੇ ਸਕਿਨ ਥੋੜੀ ਹਾਰਡ ਹੁੰਦੀ ਹੈ ਸਖਤ ਹੁੰਦੀ ਹੈ ਹੱਤਾਂ ਦੀ ਅਤੇ ਉਹਦੇ ਬਾਅਦ ਚਿਹਰੇ ਤੇ ਲਾਇਆ ਤੇ ਮੈਕਸਿਮਮ ਮੈਕਸਿਮਮ 15 ਡਾਗ ਕੋਲੋਂ 15 ਮਿੰਟ ਆ ਅਗਰ ਤੁਹਾਰੀ ਸਕਿਨ ਹੀ ਬਹੁਤ ਜ਼ਿਆਦਾ ਸੈਂਸਟਿਵ ਕਈ ਕਸਟਮਰ ਆਏ ਬਠੇ ਉਹਦੀ ਸੈਂਸਟਿਵ ਹੈ ਤਾਂ ਉਹ ਨੂੰ ਉਹਦੇ ਹਿਸਾਬ ਦੇ ਉਹਦੇ ਅਕੋਰਡਿੰਗ ਮਤਲਬ ਉਹਦੇ ਹਿਸਾਬ ਦੇ ਮੁਤਾਬਿਕ ਤੁਸੀਂ ਜਿਹੜਾ ਹੈ ਨਾ ਉਹ ਕੋ ਲਾਓ ਇਹ ਜੀ ਮੈਂ 15 ਮਿੰਟ ਹੀ ਲਾਈ ਸਕਿਨ ਪਾਲਿਸ਼ ਤੇ ਜਿਹੜਾ ਉਹਦੇ ਬਾਅਦ ਮੈਂ ਸਪੰਝ ਨਾਲ ਸਾਫ ਕਰਿੰਦੀ ਪੀਆ ਫਾਈਨਲ ਰਿਜ਼ਲਟ ਇਹ ਰਿਖੋ ਬਹੁਤ ਅੱਛਾ ਰਿਜ਼ਲਟ ਤੁਸੀਂ ਯਕੀਨ ਕਰੋ ਉਸ ਦੋ ਥ੍ਰੈਡੀਆਂ ਦੇ ਬਾਅਦ ਵੀ ਇਹ ਜ਼ਿਆਦਾ ਗਲੋ ਤੇ ਸ਼ਾਈਨ ਚਿਹਰੇ ਤੇ ਬਹੁਤ ਅੱਛੀ ਫਰੈਸ਼ਨੈਸ ਆਉਣ ਪੈਂਦੀ ਹੈ ਇਹ ਡਲ ਕਲਰ ਇਹ ਬਹੁਤ ਜ਼ਿਆਦਾ ਉਹਨਾਂ ਦੇ ਉਂਗਲੀਆਂ ਕੋਲ ਤੱਕ ਪਤਾ ਚੱਲਦਾ ਪਿਆ ਉਸ ਫੇਸ ਦਾ ਦੇਖੋ ਰਿਜ਼ਲਟ ਤੇ ਸ਼ੁਕਰੀਆ ਮੇਰੀ ਵੀਡੀਓ ਦੇਖਣ ਦਾ ਮੇਰੇ ਚੈਨਲ ਕੋ ਸਬਸਕ੍ਰਾਈਬ ਕਰਨ ਦਾ ਅਗਰ ਕੋਈ ਗਲਤੀ ਥੀ ਵੇਂਦੀ ਰਾਵੇ ਤਾਂ ਮਾਫ ਕਰ ਦਿੱਤਾ ਕਰੋ ਤੇ ਉਹਦੇ ਬਾਅਦ ਹੈ ਕਿ ਸਾਡੀ ਇਸ ਵੀਡੀਓ ਕੋ ਲਾਜ਼ਮੀ ਲਾਈਕ ਤੇ ਕਮੈਂਟਸ ਕਰ ਦਿੱਤਾ ਕਰੋ ਕਿ ਤੂੰ ਸਸਾ ਕੋ ਕਿੱਥੋਂ ਦੇ ਦੇ ਪਵੇ ਕਿਹੜੇ ਸ਼ਹਿਰ ਤੂੰ ਕਿਹੜੇ ਮਲਕ ਤੂੰ ਦੇ ਦੇ ਪਵੇ ਤਾਂ ਕਿ ਤੋ ਉਸਾ ਕੋ ਹੌਸਲਾ ਆਵੇ ਅਸਾਂ ਵੀ ਅੱਛੇ ਕਲੋ ਅੱਛੇ ਵੀਡੀਓ ਬਣਾਉ ਆਪਣ ਤਾਰੀਆ ਸੇ ਅੱਲਾ ਹਾਫਿਜ਼